ਅੱਜ ਆਪਾਂ ਫਿਰ ਗੱਲ ਕਰਦੇ ਹਾਂ ਜੌਂਡਿਸ, ਪੀਲੀਆ, ਯਰਕਾਨ, ਹੈਪੇਟਾਈਟਸ। ਹੈਪੇਟਾਈਟਸ ਹੈ ਕੀ ਹੈ? ਹੈਪੇਟਾਈਟਿਸ ਦਾ ਮਤਲਬ ਹੈ ਕਿ ਜਿਗਰ ਦੀ ਸੋਜਿਸ਼, ਦਰਦ ਹੁੰਦੀ ਪੇਟ ਦੇ ਵਿੱਚ, ਅੱਖਾਂ ਪੀਲੀਆਂ, ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ ਜਾਂ ਬਰਾਊਨ ਆਏਗਾ, ਲੈਟਰਿਨ ਵਾਈਟ ਕਲਰ ਦੀ ਆਏਗੀ। ਇਹ ਤਾਂ ਅਸੀਂ ਦੱਸੇ ਸਿੰਪਟਮ, ਕਾਰਨ ਕੀ ਨੇ? ਦੋ ਤਰ੍ਹਾਂ ਦਾ ਹੁੰਦਾ ਜ਼ਿਆਦਾ, ਮੇਨ ਹੁੰਦਾ ਹੈਪੇਟਾਈਟਸ ਏ ਜਾਂ ਹੈਪੇਟਾਈਟਸ ਬੀ। ਪਹਿਲਾਂ ਤੁਹਾਨੂੰ ਦੱਸਿਆ ਵੀ ਹੈਪੇਟਾਈਟਸ ਹੈ ਕੀ ਆ, ਫਿਰ ਦੱਸਿਆ ਵੀ ਉਹਦੇ ਸਿੰਪਟਮਸ ਕੀ ਨੇ, ਫਿਰ ਦੱਸਿਆ ਉਹਦੇ ਕਾਰਨ ਕੀ ਨੇ। ਹੁਣ ਜੇ ਕਿਸੇ ਨੂੰ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ? ਖਾਸ ਕਰਕੇ ਜੌਂਡਿਸ ਦਾ ਅਸੀਂ ਬੜੇ ਕੇਸ ਕੀਤੇ ਆ, ਦੇਸੀ ਦਵਾਈ ਨਾਲ ਠੀਕ ਕੀਤੇ। ਵੈਸੇ ਆਪਣੇ ਹਿਸਾਬ ਨਾਲ, ਤੁਹਾਡੀ ਹਿਸਟਰੀ ਦੇ ਹਿਸਾਬ ਨਾਲ ਦਵਾਈ ਭੇਜਣੀ ਹੈ। ਹੋਲਿਸਟਿਕ ਸਾਡਾ ਸੈਂਟਰ, ਆਯੁਰਵੈਦਿਕ ਹੈਲਥ ਸੈਂਟਰ, ਜਿਹਦੇ ਨਾਲ ਹਰ ਬਿਮਾਰੀ ਦਾ ਇਲਾਜ ਦੇਸੀ ਦਵਾਈ। ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ। ਮੈਂ ਹੂੰ ਡਾਕਟਰ ਕੁਮਾਰ, ਕੁਦਰਤੀ ਜੜੀ ਬੂਟੀਆਂ ਦੇ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਵੈਲਕਮ ਇਨ ਹੋਲਿਸਟਿਕ ਹਰਬਲ ਹੈਲਥ ਸੈਂਟਰ। ਕੀ ਹਾਲ ਹੈ ਪਿਆਰੇ ਦਰਸ਼ਕੋ? ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇੰਨੇ ਲੰਬੇ ਅਰਸੇ ਤੋਂ ਤੁਸੀਂ ਵਾਚ ਕਰ ਰਹੇ ਹੋ ਮੈਨੂੰ, ਹਰ ਹਫ਼ਤੇ ਤੁਹਾਡੇ ਕੋਲ ਆਉਂਦੇ ਹਾਂ ਅਸੀਂ, ਕੋਈ ਗੱਲਾਂ ਕਰਦੇ ਹਾਂ। ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਮੈਨੂੰ ਟੀ ਵੀ 'ਤੇ ਲਿਆਉਂਦਾ। ਬੜੀ ਵਾਰੀ ਸੋਚਿਆ ਕਿ ਬੰਦ ਕਰ ਦੇਈਏ, ਪਰ ਤੁਹਾਡਾ ਪਿਆਰ ਬਾਰ ਬਾਰ ਟੀ ਵੀ 'ਤੇ ਲਿਆਉਂਦਾ, ਫਿਰ ਅਸੀਂ ਕੋਈ ਨਾ ਕੋਈ ਟੋਪਿਕ ਫੜ ਲਈਦਾ, ਜਿਹਦੇ ਨਾਲ ਤੁਹਾਨੂੰ ਵੀ ਬੇਸ਼ੱਕ ਜੇ ਕੋਈ ਪ੍ਰੋਬਲਮ ਹੋਵੇ ਦੱਸ ਸਕਦੇ ਹੋ ਫੋਨ ਕਰਕੇ ਵੀ ਉਸ ਟੋਪਿਕ 'ਤੇ ਤੁਸੀਂ ਅਸੀਂ ਟੀ ਵੀ ਐਪੀਸੋਡ ਕਰ ਸਕਦੇ ਹਾਂ। ਕਿਉਂਕਿ ਮੈਂ ਇੰਗਲਿਸ਼, ਪੰਜਾਬੀ, ਹਿੰਦੀ ਜਿਹੜੀ ਲੈਂਗੁਏਜ 'ਚ ਕਹੋ ਤੁਹਾਨੂੰ, ਜਿਹਦੇ 'ਚ ਤੁਸੀਂ ਲਾਈਕ ਕਰੋ ਅਸੀਂ ਬੋਲ ਸਕਦੇ ਹਾਂ। ਔਰ ਤੁਹਾਨੂੰ ਪਤਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਸਰੀਰ 'ਚ ਕਿੰਨੀਆਂ ਬਿਮਾਰੀਆਂ, ਔਰ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਅਸੀਂ ਆਲਰੇਡੀ ਇੰਨੇ ਲੰਬੇ ਅਰਸੇ ਤੋਂ ਪੰਜਾਬੀ ਚੈਨਲਸ 'ਤੇ, ਟੀ ਵੀ 'ਤੇ ਕੋਈ ਪ੍ਰੋਗਰਾਮ ਨਾ ਕੀਤਾ ਹੋਵੇ। ਪਰ ਕਿਉਂਕਿ ਤੁਹਾਡਾ ਇਹ ਮੇਲ ਮਿਲਾਪ ਕਰਨਾ ਹੁੰਦਾ, ਤੁਹਾਡੇ ਨਾਲ ਗੱਲਾਂ ਕਰਨੀਆਂ ਹੁੰਦੀਆਂ, ਤੁਹਾਡੇ ਤੱਕ ਪਹੁੰਚਣਾ ਹੁੰਦਾ, ਤੁਹਾਡਾ ਸਹਿਯੋਗ ਮਿਲਦਾ, ਤੁਸੀਂ ਫੇਸਬੁੱਕ 'ਤੇ ਦੇਖਦੇ ਹੋ, ਯੂਟਿਊਬ 'ਤੇ ਦੇਖਦੇ ਹੋ, ਸ਼ੇਅਰ ਕਰਦੇ ਹੋ, ਦਵਾਈ ਮੰਗਾਉਂਦੇ ਹੋ ਔਰ ਰੈਫਰ ਕਰਦੇ ਹੋ, ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਔਰ ਤੁਹਾਨੂੰ ਹੁਣ ਤੱਕ ਇੰਨਾ ਪਤਾ ਲੱਗ ਗਿਆ ਕਿ ਸਾਡੀ ਸਰਵਿਸ, ਮੈਂ ਕਹਿ ਸਕਦਾ ਫਾਸਟੈਸਟ ਇਨ ਦਾ ਵਰਲਡ, ਕਿੰਨੀ ਜਲਦੀ ਤੁਹਾਨੂੰ ਦਵਾਈ ਪਹੁੰਚਦੀ ਹੈ। ਜਦੋਂ ਤੁਸੀਂ ਫੋਨ ਕਰਦੇ ਹੋ, ਤੀਜੇ ਦਿਨ ਦਵਾਈ ਤੁਹਾਡੇ ਕੋਲ ਘਰ ਪਹੁੰਚੀ ਹੁੰਦੀ ਹੈ। ਫਿਰ ਵੀ ਮੈਂ ਹਮੇਸ਼ਾ ਕਹਿਣਾ ਕਿ ਅਮੈਰੀਕਾ ਦੀ ਕੋਈ ਵੀ ਸਟੇਟ ਹੋਵੇ 3 to 5 days, ਕੈਨੇਡਾ 'ਚ ਵੀ ਹਫ਼ਤਾ 2 ਹਫ਼ਤੇ ਕਹਿਣਾ ਪੈਂਦਾ ਸਾਨੂੰ, ਬਲਕਿ ਕਈਆਂ ਨੂੰ ਤਾਂ ਹਫ਼ਤੇ 'ਚ ਮਿਲ ਜਾਂਦੀ, ਕਈਆਂ ਨੂੰ ਹਫ਼ਤਾ 10 ਦਿਨ ਬਾਅਦ ਮਿਲਦੀ ਹੈ। ਸੋ ਪਿਆਰੇ ਦਰਸ਼ਕੋ, ਚਿੰਤਾ ਨਾ ਕਰੋ, ਖੁੱਲ੍ਹ ਕੇ ਮੈਨੂੰ ਦੱਸਿਆ ਕਰੋ। ਸਰੀਰ ਦੀ ਕੋਈ ਬਿਮਾਰੀ ਹੋਵੇ, ਭਾਵੇਂ ਚਮੜੀ ਦੀ ਹੋਵੇ, ਛਾਤੀ ਦੀ ਹੋਵੇ, ਪੇਟ ਦੀ ਹੋਵੇ, ਦਿਮਾਗ ਦੀ ਹੋਵੇ, ਹੱਡੀਆਂ ਦੀ ਹੋਵੇ, ਲੱਤਾਂ ਦੀ ਹੋਵੇ, ਬਾਹਾਂ ਦੀ ਹੋਵੇ, ਦਰਦਾਂ ਦੀ ਹੋਵੇ, ਕੋਲੈਸਟਰੋਲ ਦੀ ਹੋਵੇ, ਬਲੱਡ ਪ੍ਰੈਸ਼ਰ, ਸ਼ੂਗਰ, ਕੋਈ ਬਿਮਾਰੀ ਹੋਵੇ, ਮਰਦਾਨਾ ਕਮਜ਼ੋਰੀ ਦੀ ਦਵਾਈ ਸਾਡੀ ਬਹੁਤ ਜਾਂਦੀ ਹੈ, ਇੰਪੋਟੈਂਸੀ, ਫਰਿਜਿਡਿਟੀ, ਸਟੈਰਿਲਟੀ ਦੀ ਜਾਂ ਸ਼ੂਗਰ ਦੀ, ਸਰੀਰਕ ਕਮਜ਼ੋਰੀ, ਮਾਨਸਿਕ ਕਮਜ਼ੋਰੀ, ਦਿਮਾਗੀ ਕਮਜ਼ੋਰੀ। ਪਰ ਅੱਜ ਆਪਾਂ ਗੱਲ ਕਰਦੇ ਹਾਂ, ਟੋਪਿਕ ਫੜ ਲੈਂਦੇ ਹਾਂ ਲਿਵਰ ਬਾਰੇ। ਤੁਸੀਂ ਮੇਰੇ ਖਿਆਲ ਕਈ ਮੇਰੇ ਐਪੀਸੋਡ ਦੇਖ ਕੇ ਆ, ਲਿਵਰ ਦੀ ਡਿਟੋਕਸੀਫਿਕੇਸ਼ਨ ਬਾਰੇ ਗੱਲਾਂ ਕਰ ਚੁੱਕੇ ਹਾਂ, ਸਿਰੋਸਿਸ ਆਫ ਲਿਵਰ ਬਿਮਾਰੀ ਬਾਰੇ ਗੱਲਾਂ ਕਰ, ਜਿਹਨੂੰ ਕਹਿੰਦੇ ਯਕ੍ਰਿਤ ਸੰਕੋਚ ਜਾਂ ਲਿਵਰ ਦਾ ਕੈਂਸਰ। ਅੱਜ ਆਪਾਂ ਫਿਰ ਗੱਲ ਕਰਦੇ ਹਾਂ ਜੌਂਡਿਸ, ਪੀਲੀਆ, ਯਰਕਾਨ,
ਹੈਪੇਟਾਈਟਸ, ਇਹ ਟੋਪਿਕ ਫੜ ਲੈਂਦੇ ਹਾਂ ਕਿਉਂਕਿ ਕੋਈ ਟੋਪਿਕ ਫੜਨਾ ਪੈਂਦਾ ਜੋ ਦਿਮਾਗ 'ਚ ਗੱਲ ਕਰਦੇ ਕਰਦੇ ਆ ਜਾਏ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਹੈਪੇਟਾਈਟਸ। ਹੈਪੇਟਾਈਟਸ ਹੈ ਕੀ ਆ? ਹੈਪੇਟਾਈਟਸ ਦਾ ਮਤਲਬ ਹੈ ਕਿ ਜਿਗਰ ਦੀ ਸੋਜਿਸ਼, ਇਨਫਲਾਮੇਸ਼ਨ ਇਨ ਦਾ ਲਿਵਰ। ਔਰ ਇਹ ਜਦੋਂ ਹੋਵੇ ਹੈਪੇਟਾਈਟਸ ਤਾਂ ਇਹਦੇ ਨਾਲ ਕੀ ਕੀ ਸਿਮਟਮਸ ਕੀ ਹੈ? ਜਦੋਂ ਕਿਸੇ ਨੂੰ ਹੈਪੇਟਾਈਟਸ ਹੁੰਦਾ ਤਾਂ ਹੁੰਦਾ ਕੀ? ਸਿਰ ਦਰਦ ਰਹਿਣ ਲੱਗ ਜਾਂਦੀ ਹੈ, ਬੁਖਾਰ ਰਹਿਣ ਲੱਗ ਜਾਂਦਾ, ਫਟੀਗ ਲੱਗਦੀ ਹੈ, ਕਮਜ਼ੋਰੀ ਲੱਗਦੀ ਹੈ, ਐਬਡੋਮੀਨਲ ਡਿਸਕੰਫਰਟ। ਮੇਨ ਚੀਜ਼ ਹੈ ਕਿ ਪੇਟ 'ਚ ਦਰਦ ਰਹਿਣ ਲੱਗ ਜਾਂਦੀ ਹੈ। ਸੱਜੇ ਬੰਨੇ, ਜਿੱਦਾਂ ਖੱਬੇ ਬੰਨੇ ਸਮਝੋ ਹਾਰਟ ਹੈ, ਖੱਬੇ ਬੰਨੇ ਹਾਰਟ ਹੈ, ਸੱਜੇ ਬੰਨੇ ਪਸਲੀਆਂ ਦੇ ਥੱਲੇ ਲਿਵਰ ਪਿਆ, ਅਤੇ ਲਿਵਰ 'ਤੇ ਜੇ ਸੋਜਿਸ਼ ਹੋ ਜਾਏ ਉਹਨੂੰ ਫਿਰ ਹੈਪੇਟਾਈਟਸ ਕਹਿੰਦੇ ਆ। ਇਹਦੇ ਲੱਛਣ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਡਾ ਨੁਕਸਾਨ ਹੁੰਦਾ ਵੀ ਭੁੱਖ ਦਾ ਮਰਨਾ, ਲੋਸ ਆਫ ਹੈਪੇਟਾਈਟ। ਫਿਰ ਦੱਸਿਆ ਤੁਹਾਨੂੰ ਕਿ ਇਹਦੇ ਨਾਲ ਦਰਦ ਹੁੰਦੀ ਪੇਟ ਦੇ ਵਿੱਚ, ਅੱਖਾਂ ਪੀਲੀਆਂ, ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ ਜਾਂ ਬਰਾਊਨ ਆਏਗਾ, ਲੈਟਰਿਨ ਵਾਈਟ ਕਲਰ ਦੀ ਆਏਗੀ, ਔਰ ਲੋਸ ਆਫ ਹੈਪੇਟਾਈਟ। ਸਿਰ ਦਰਦ, ਬੁਖਾਰ, ਥਕਾਵਟ, ਸਰੀਰਕ ਕਮਜ਼ੋਰੀ, ਔਰ ਪਿਸ਼ਾਬ ਪੀਲੇ ਰੰਗ ਦਾ, ਲੈਟਰਿਨ ਵਾਈਟ ਕਲਰ ਦੀ, ਐਬਡੋਮੀਨਲ ਡਿਸਕੰਫਰਟ, ਐਨੋਰੈਕਸੀਆ ਨਰਵੋਜ਼ਾ। ਔਰ ਕਈ ਵਾਰੀ ਕੀ ਹੁੰਦਾ ਇਹਦੇ ਨਾਲ ਕਿ ਬਹੁਤ ਜ਼ਿਆਦਾ ਸੀਰੀਅਸ ਗੱਲ ਵੀ ਹੋ ਜਾਂਦੀ ਆ। ਇਹ ਤਾਂ ਅਸੀਂ ਦੱਸੇ ਸਿਮਟਮ, ਕਾਰਨ ਕੀ ਨੇ? ਕਾਰਨ ਸਮਝੋ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਣੀ ਆ, ਕੰਟੈਮੀਨੇਸ਼ਨ ਹੋਣੀ ਆ, ਕੋਈ ਵਾਇਰਸ ਤੋਂ ਹੋ ਗਈ ਜਾਂ ਕੋਈ ਕਿਸਮ ਦੀ ਪੋਲਿਊਸ਼ਨ ਤੋਂ ਹੋ ਗਈ ਜਾਂ ਕਿਸੇ ਤਰ੍ਹਾਂ ਦੀ ਕੋਈ ਸੀਰੀਅਸ ਕੰਟੈਮੀਨੇਸ਼ਨ ਹੈ। ਦੋ ਤਰ੍ਹਾਂ ਦਾ ਹੁੰਦਾ ਜ਼ਿਆਦਾ, ਮੇਨ ਹੁੰਦਾ ਹੈਪੇਟਾਈਟਸ ਏ ਜਾਂ ਹੈਪੇਟਾਈਟਸ ਬੀ। ਹੈਪੇਟਾਈਟਸ ਏ ਦੇ ਵਿੱਚ ਸਮਝੋ ਵੀ ਪੋਲਿਊਟਿਡ ਵਾਟਰ ਨਾਲ, ਆਪਾਂ ਕੋਈ ਪਾਣੀ ਇੱਦਾਂ ਦਾ ਪੀ ਲਿਆ ਕੰਟੈਮੀਨੇਟਡ ਹੈ, ਇਸੇ ਕਰਕੇ ਇਹਦੇ ਨਾ ਹਮੇਸ਼ਾ ਬੋਇਲਡ ਵਾਟਰ ਪੀਓ। ਹੈਪੇਟਾਈਟਸ ਏ ਪੋਲਿਊਟਿਡ ਵਾਟਰ ਨਾਲ ਹੋ ਸਕਦਾ ਹੈ। ਹੈਪੇਟਾਈਟਸ ਬੀ ਜਿਹੜਾ ਉਹ ਜ਼ਿਆਦਾ ਸੀਰੀਅਸ ਹੈ, ਉਹ ਸਮਝੋ ਕੀ ਹੁੰਦਾ ਕਿ ਟਰਾਂਸਮਿਸ਼ਨ ਆਫ ਦਾ ਕੰਟੈਮੀਨੇਟਡ ਬਲੱਡ ਜਾਂ ਕੰਟੈਮੀਨੇਟਡ ਹਾਈਪੋਡਰਮਿਕ ਨੀਡਲਸ। ਜਿਹੜਾ ਆਪਾਂ ਖੂਨ ਕਈ ਵਾਰ ਚੜਾਉਂਦੇ, ਦੇਖੋ ਕਿਤਨੀ ਤਰ੍ਹਾਂ ਦੀ ਖੂਨ ਦੀ ਕਮਜ਼ੋਰੀ ਆਉਂਦੀ ਹੈ, ਔਰਤਾਂ 'ਚ ਵੀ ਆ ਜਾਂਦੀ ਹੈ, ਬੱਚੇ ਤੋਂ ਲੈ ਕੇ ਸਿਆਣੇ ਤੱਕ ਕਿਸੇ ਦੇ ਅੰਦਰ ਖੂਨ ਦੀ ਕਮਜ਼ੋਰੀ ਆਵੇ ਤਾਂ ਬਲੱਡ ਟਰਾਂਸਫਿਊਜ਼ਨ ਹੁੰਦੀ ਹੈ। ਬਲੱਡ ਟਰਾਂਸਫਿਊਜ਼ਨ ਦੇ ਵਿੱਚ ਵੀ ਕਈ ਵਾਰੀ ਗਲਤੀ ਹੁੰਦੀ ਇਹ ਹੈ ਕਿ ਬਲੱਡ ਹੀ ਜਿਹੜਾ ਨਾ ਪੋਲਿਊਟਿਡ ਹੈ, ਕੰਟੈਮੀਨੇਟਡ ਹੈ, ਔਰ ਜ਼ਿਆਦਾ ਲੋਕਾਂ ਨੂੰ ਜਿਹੜਾ ਹੈਪੇਟਾਈਟਸ ਬੀ ਹੈ, ਜੌਂਡਿਸ, ਉਹ ਜਿਹੜਾ ਬਲੱਡ ਟਰਾਂਸਫਿਊਜ਼ਨ ਤੋਂ ਜਾਂ ਕਈ ਵਾਰੀ ਇਨਫੈਕਟਿਡ ਕੰਟੈਮੀਨੇਟਡ ਹਾਈਪੋਡਰਮਿਕ ਨੀਡਲਸ ਜਿਹੜੀਆਂ ਨੇ ਉਹ ਕੋਈ ਗਲਤ ਲੱਗ ਗਈ ਹੈ, ਉਹਦੇ ਤੋਂ ਵੀ ਇਹ ਵਾਇਰਸ, ਇਹ ਜੌਂਡਿਸ ਹੋ ਜਾਂਦਾ, ਉਹ ਡੇਂਜਰਸ ਹੈ। ਹੈਪੇਟਾਈਟਸ ਬੀ ਸਮਝੋ ਇੰਨਾ ਕੁ ਡੇਂਜਰਸ ਹੈ ਕਿ ਡੈਥ ਜ਼ਿਆਦਾ ਚਾਂਸਿਸ ਹੁੰਦੇ, ਫੈਟਲ ਹੈ। ਹੈਪੇਟਾਈਟਸ ਏ ਇੰਨਾ ਡੇਂਜਰਸ ਨਹੀਂ, ਹੈਪੇਟਾਈਟਸ ਬੀ ਜ਼ਿਆਦਾ ਡੇਂਜਰਸ ਹੈ। ਉੱਦਾਂ ਤਾਂ ਹੈਪੇਟਾਈਟਸ ਏ ਬੀ ਸੀ ਕਈ ਤਰ੍ਹਾਂ ਦਾ ਆਮ, ਦੇਖੋ ਇੰਡੀਆ 'ਚ ਕਈ ਲੋਕਾਂ ਨੂੰ ਹੋ ਜਾਂਦਾ, ਕਾਰਨ ਇਹ ਹੀ ਹੈ। ਕਾਰਨਾਂ 'ਚ ਤੁਹਾਨੂੰ ਮੇਨ ਦੱਸਿਆ ਕਿ ਸਮ ਸੋਰਟ ਆਫ ਕੰਟੈਮੀਨੇਸ਼ਨ, ਪੋਲਿਊਸ਼ਨ, ਇਨਫੈਕਸ਼ਨ, ਇਨਫੈਕਸ਼ਨ ਹੋਣੀ ਹੈ, ਕਿਤੋਂ ਵੀ ਹੋ ਗਈ, ਕਿਤੋਂ ਵਾਇਰਸ ਤੋਂ ਹੋ ਗਈ ਹੈ, ਪਾਣੀ ਤੋਂ ਹੋ ਗਈ ਹੈ ਜਾਂ ਬਲੱਡ ਟਰਾਂਸਫਿਊਜ਼ਨ ਤੋਂ ਹੋ ਗਈ ਹੈ। ਇਹਨਾਂ ਚੀਜ਼ਾਂ ਦੀਆਂ ਪ੍ਰੀਕੋਸ਼ਨਸ ਤੁਸੀਂ ਆਪ ਰੱਖਣੀਆਂ। ਪਹਿਲਾਂ ਤੁਹਾਨੂੰ ਦੱਸਿਆ ਵੀ ਹੈਪੇਟਾਈਟਸ ਹੈ ਕੀ ਹੈ, ਫਿਰ ਦੱਸਿਆ ਵੀ ਉਹਦੇ ਸਿਮਟਮਸ ਕੀ ਨੇ, ਫਿਰ ਦੱਸਿਆ ਉਹਦੇ ਕਾਰਨ ਕੀ ਨੇ। ਹੁਣ ਜੇ ਕਿਸੇ ਨੂੰ ਹੋ ਜਾਏ ਤਾਂ ਕੀ ਕਰਨਾ ਚਾਹੀਦਾ,
ਪਹਿਲੀ ਗੱਲ ਤਾਂ ਉਹਨੂੰ ਥੋੜ੍ਹਾ ਜਿਹਾ ਅਵੋਇਡ ਕਰੋ, ਟੱਚ ਨਾ ਜ਼ਿਆਦਾ ਕਰੋ। ਈਵਨ ਪੇਸ਼ੈਂਟਸ ਨੂੰ ਵੀ ਆਪਣੇ ਹੱਥ ਹਮੇਸ਼ਾ ਵਾਸ਼ ਕਰਨੇ ਚਾਹੀਦੇ ਆ, ਸਟਰਲਾਈਜੇਸ਼ਨ ਰੱਖਣੀ ਚਾਹੀਦੀ ਹੈ। ਜਿਹੜੇ ਪੇਸ਼ੈਂਟਸ ਨੂੰ ਅਟੈਂਡ ਕਰਦੇ ਆ, ਜੇ ਕਿਤੇ ਉਹਨਾਂ ਨੇ ਟੱਚ ਕਰ ਲਿਆ ਤਾਂ ਇਮੀਜੀਏਟ ਹੈਂਡ ਵਾਸ਼ ਕਰੋ। ਇੰਨਾ ਕੁ ਰੰਗ ਪੀਲਾ ਹੋ ਜਾਂਦਾ, ਸਕਿਨ ਸਾਰੀ ਪੀਲੀ, ਅੱਖਾਂ ਪੀਲੀਆਂ, ਮੂੰਹ ਪੀਲਾ, ਸਾਰੇ ਸਕਿਨ ਪੀਲੀ, ਕੱਪੜੇ ਪੀਲੇ ਹੋਣ ਲੱਗ ਜਾਂਦੇ ਆ ਜੇ ਕਿਸੇ ਨੂੰ ਜੌਂਡਿਸ ਸੀਰੀਅਸ ਹੋਵੇ। ਅੱਜ ਦਾ ਟੌਪਿਕ ਹੈ ਯਰਕਾਨ, ਪੀਲੀਆ, ਜੌਂਡਿਸ, ਹੈਪੇਟਾਈਟਸ। ਹੈਪੇਟਾਈਟਸ ਭਾਵੇਂ ਏ ਹੈ, ਭਾਵੇਂ ਬੀ ਹੈ ਅਤੇ ਭਾਵੇਂ ਸੀ ਹੈ, ਇਹਨੂੰ ਤੁਸੀਂ ਹਮੇਸ਼ਾ ਹੀ ਡਾਕਟਰ ਕੋਲ ਜਾਓ, ਬਲੱਡ ਵਰਕ ਕਰਾਓ। ਬਲੱਡ ਵਰਕ ਕਰਕੇ ਉਹਨਾਂ ਨੇ ਤੁਹਾਡੇ ਐਨਜ਼ਾਈਮ ਲੈਵਲ ਦੇਖਣੇ ਆ, ਹੈ ਸੀਰਮ ਬਿਲੀਰੂਬਿਨ ਲੈਵਲ ਦੇਖਣਾ। ਹਮੇਸ਼ਾ ਹੀ ਤੁਸੀਂ ਬਲੱਡ ਵਰਕ ਕਰਾਓਗੇ, ਉੱਥੋਂ ਪਤਾ ਲੱਗ ਜਾਏਗਾ ਵੀ ਵਾਕਈ ਇਹ ਜੌਂਡਿਸ ਹੈ। ਨਹੀਂ ਤਾਂ ਜਿੰਨੇ ਤੁਹਾਨੂੰ ਸਿਮਟਮ ਦੱਸੇ, ਜਦੋਂ ਪੇਸ਼ੈਂਟ ਨੂੰ ਲੱਗਣ ਲੱਗ ਜਾਏ ਕਿ ਮੇਰੇ ਪੇਟ 'ਚ ਡਿਸਕੰਫਰਟ ਹੈ, ਬੇਚੈਨੀ ਹੈ, ਨੌਜ਼ੀਆ ਹੈ, ਵੋਮਿਟਿੰਗ ਆ ਰਹੀ ਹੈ, ਪਿਸ਼ਾਬ ਦਾ ਰੰਗ ਬਦਲ ਗਿਆ, ਪਿਸ਼ਾਬ ਜਦੋਂ ਬਹੁਤ ਜ਼ਿਆਦਾ ਪੀਲਾ। ਕਈ ਇੱਕ ਹੋਰ ਗੱਲ ਦੱਸਦਾ, ਕਈ ਲੋਕ ਵਿਟਾਮਿਨਸ ਖਾਂਦੇ, ਬੀ ਕੰਪਲੈਕਸ ਵਗੈਰਾ ਖਾ ਰਹੇ ਹੁੰਦੇ, ਉਹਦੇ ਨਾਲ ਵੀ ਪਿਸ਼ਾਬ ਪੀਲਾ ਆਉਣ ਲੱਗ ਜਾਂਦਾ। ਉਹਦੇ 'ਚ ਕੋਈ ਘਬਰਾਉਣ ਦੀ ਗੱਲ ਨਹੀਂ, ਉਹ ਦਵਾਈ ਦਾ ਕਰਕੇ ਜੇ ਕੋਈ ਬੀ ਕੰਪਲੈਕਸ ਖਾ ਰਿਹਾ। ਇਸੇ ਤਰ੍ਹਾਂ ਹੀ ਕਈ ਦੁਨੀਆ ਅਸੀਂ ਇੰਡੀਆ 'ਚ ਯਾਦ ਆ, ਸਾਨੂੰ ਪ੍ਰੈਕਟਿਸ ਕਰਦੇ ਸੀ ਡਾਇਰੀਆ, ਡਿਸੈਂਟਰੀ, ਕਈਆਂ ਨੂੰ ਅਸੀਂ ਲੋਮੋਫੈਨ ਜਾਂ ਲੋਮੋਟਿਲ ਦਿੰਦੇ ਸੀ, ਉਹਦਾ ਵੀ ਦਵਾਈ ਦਾ ਰੰਗ। ਇਹ ਤੁਹਾਡੀ ਨੌਲੇਜ ਵਧਾ ਰਹੇ ਹਾਂ ਕਿ ਇਹਦੇ ਨਾਲ ਹੀ ਪਿਸ਼ਾਬ ਰੰਗ। ਲੇਕਿਨ ਜੇ ਪਿਸ਼ਾਬ ਬਹੁਤ ਜ਼ਿਆਦਾ ਬਰਾਊਨ, ਪੀਲੀਏ ਨਾਲੋਂ ਵੀ ਬਲਕਿ ਬਰਾਊਨ ਆਉਣ ਲੱਗ ਜਾਏ, ਲੈਟਰਿਨ ਦਾ ਕਲਰ ਵਾਈਟ ਹੋਣ ਲੱਗ ਜਾਏ, ਜਿੰਨੇ ਮੈਂ ਸਿਮਟਮਸ ਦੱਸੇ, ਭੁੱਖ ਜੇ ਮਰ ਗਈ ਆ, ਹਾਂ ਇੱਕ ਕਾਰਨ ਅਲਕੋਹਲ ਵੀ, ਜੇ ਦਾ ਜ਼ਿਆਦਾ ਅਲਕੋਹਲ ਪੀ ਲੈਣੇ ਨੂੰ ਵੀ, ਕਿਉਂਕਿ ਲਿਵਰ ਦੇ ਚਾਂਸਿਸ ਹੁੰਦੇ ਖਰਾਬ ਹੋਣ ਦੇ। ਔਰ ਕਿੰਨੇ ਐਪੀਸੋਡ ਮੈਂ ਤੁਹਾਨੂੰ ਦੱਸਿਆ ਸਿਰੋਸਿਸ ਆਫ ਲਿਵਰ ਬਾਰੇ ਵੀ ਆਪਾਂ ਗੱਲਾਂ ਕੀਤੀਆਂ, ਵੀ ਲਿਵਰ ਦਾ ਕੈਂਸਰ, ਕਈ ਦੁਨੀਆ ਨੂੰ ਸ਼ਰਾਬ ਵੀ ਨਹੀਂ ਪੀਂਦੇ ਫਿਰ ਵੀ ਲਿਵਰ ਕੈਂਸਰ ਹੋਇਆ, ਭਾਵੇਂ ਲੇਡੀਜ਼ ਭਾਵੇਂ ਜੈਂਟਸ ਹੈ, ਡੈਥ ਵੀ ਹੋ ਗਈ। ਕਾਰਨ ਕੀ ਕਿ ਅੰਗਰੇਜ਼ੀ ਦਵਾਈਆਂ ਲਗਾਤਾਰ ਕਈ ਕਈ ਸਾਲਾਂ ਤੋਂ ਕਈ ਤਰ੍ਹਾਂ ਦੀਆਂ ਫਾਰਮੇਸੀ ਤੋਂ ਦਵਾਈਆਂ ਖਾ ਰਹੇ ਸੀ ਬਿਨਾਂ ਨੌਲੇਜ ਤੋਂ, ਉਹਨਾਂ ਦੇ ਨਾਲ ਵੀ ਇਹ ਲਿਵਰ ਡੈਮੇਜ ਹੁੰਦਾ, ਔਰ ਹਰ ਅੰਗਰੇਜ਼ੀ ਦਵਾਈ ਦੇ ਉੱਤੇ ਲਿਖਿਆ ਹੁੰਦਾ। ਸੋ ਇਸ ਕਰਕੇ ਜਦੋਂ ਵੀ ਕੋਈ ਅੰਗਰੇਜ਼ੀ ਦਵਾਈ ਖਾਣੀ, ਆਪਣੇ ਡਾਕਟਰ ਦੀ ਸਲਾਹ ਨਾ ਖਾਓ, ਪੂਰੀ ਡੋਜ਼ ਨਾ ਖਾਓ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਪਰ ਜੌਂਡਿਸ ਦਾ, ਯਰਕਾਨ ਦਾ, ਪੀਲੀਏ ਦਾ ਅੰਗਰੇਜ਼ੀ ਦਵਾਈ 'ਚ ਕੋਈ ਐਲੋਪੈਥੀ 'ਚ ਇਲਾਜ ਨਹੀਂ, ਇਲਾਜ ਹੈ ਆਯੁਰਵੈਦਿਕ। ਤਾਂ ਹੀ ਉਹ ਮੇਰੇ ਇੰਨੇ ਲੰਬੇ ਅਰਸੇ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਆਯੁਰਵੈਦਿਕ ਦੇ ਵਿੱਚ ਕਰਾਮਾਤ ਹੁੰਦੀਆਂ, ਦੇਸੀ ਨੁਸਖੇ ਇਹੋ ਜਿਹੇ ਆ। ਜੇ ਕਿਸੇ ਨੂੰ ਪੀਲੀਆ, ਜੌਂਡਿਸ ਹੈ, ਅੱਜ ਵੀ ਤੁਹਾਨੂੰ ਕੋਈ ਥੋੜ੍ਹੇ ਬਹੁਤੇ ਟੋ